ਦੋਸਤੋ ਹੁਣ ਆਪਾਂ ਜਿਹੜਾ ਪਾਸਟ ਕੰਟੀਨਿਊਸ ਟੈਂਸ ਹੈ ਉਹ ਸਿੱਖਣ ਦੀ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪ੍ਰੈਜੈਂਟ ਕੰਟੀਨਿਊਸ ਵਰਗਾ ਹੀ ਹੈ ਸਾਰਾ ਕੁਝ, ਪਰ ਸਿਰਫ ਇੱਕੋ ਚੀਜ਼ ਦਾ ਫਰਕ ਹੈ ਕਿ ਇਹਦੇ ਵਿੱਚ ਬਾਜ ਜਾਂ ਵਰ, ਬਾਜ ਮੀਨਸ ਸੀ, ਵਰ ਮੀਨਸ ਸਨ, ਇਹ ਯੂਜ ਕੀਤੇ ਜਾਂਦੇ ਨੇ ਇਜ਼ ਐਮ ਆਰ ਦੀ ਜਗ੍ਹਾ ਤੇ। ਪ੍ਰੈਜੈਂਟ ਕੰਟੀਨਿਊਸ ਦੇ ਵਿੱਚ ਇਜ਼ ਐਮ ਆਰ, ਪਾਸਟ ਕੰਟੀਨਿਊਸ ਦੇ ਵਿੱਚ ਬਾਜ ਵਰ, ਉਹਨਾਂ ਨੂੰ ਆਪਾਂ ਰੀਪਲੇਸ ਕਰ ਦਾਂਗੇ। ਜਿਵੇਂ ਪ੍ਰੈਜੈਂਟ ਨੂੰ ਪਾਸਟ ਦੇ ਵਿੱਚ ਆਪਾਂ ਰੀਪਲੇਸ ਕਰ ਰਹੇ ਹਾਂ, ਪ੍ਰੈਜੈਂਟ ਕੰਟੀਨਿਊਸ ਨੂੰ ਪਾਸਟ ਕੰਟੀਨਿਊਸ ਕਹਿ ਲਿਆਂਗੇ, ਤਾਂ ਇਜ਼ ਐਮ ਆਰ ਦੀ ਜਗ੍ਹਾ ਤੇ ਬਾਜ ਵਰ ਲਗਾ ਦਾਂਗੇ। ਬਾਕੀ ਸਾਰਾ ਰੂਲ ਉਹੀ ਹੈ ਤੇ ਜਿਹੜੀ ਪਹਿਚਾਣ ਹੈ ਉਹਦੇ ਵਿੱਚ ਰਿਹਾ ਹੈ, ਜਿਹੜਾ ਪ੍ਰੈਜੈਂਟ ਕੰਟੀਨਿਊਸ ਹੈ ਉਹਦੇ ਵਿੱਚ ਰਿਹਾ ਹੈ, ਰਹੀ ਹੈ, ਰਹੇ ਹਨ, ਰਹੀਆਂ ਹਨ, ਤੇ ਜਿਹੜਾ ਪਾਸਟ ਕੰਟੀਨਿਊਸ ਹੈ ਉਹਦੇ ਵਿੱਚ ਰਿਹਾ ਸੀ, ਰਹੀ ਸੀ, ਰਹੇ ਸਨ, ਰਹੀਆਂ ਸਨ। ਜਿਵੇਂ ਉਹ ਸਕੂਲ ਜਾ ਰਿਹਾ ਸੀ, ਪਾਸਟ ਕੰਟੀਨਿਊਸ ਹੈ ਇਹ, ਤੇ ਜਿਵੇਂ ਪ੍ਰੈਜੈਂਟ ਕੰਟੀਨਿਊਸ ਦੇ ਵਿੱਚ ਆਪਾਂ ਪੜ੍ਹਿਆ ਸੀ ਉਹ ਸਕੂਲ ਜਾ ਰਿਹਾ ਹੈ, ਐਂਡ ਦੇ ਵਿੱਚ ਹੈ ਹਨ ਸੀਗਾ, ਉਹਦੇ ਵਿੱਚ ਹੈ ਹਾਂ ਹਨ, ਇਹਨਾਂ ਦੇ ਐਂਡ 'ਚ ਹੋਊਗਾ ਸੀ ਸਨ, ਜਿਹੜੇ ਪਾਸਟ ਕੰਟੀਨਿਊਸ ਸੈਂਟੈਂਸ ਹੋਣਗੇ। ਥੋੜ੍ਹਾ ਜਿਹਾ ਆਪਾਂ ਬੋਰਡ 'ਤੇ ਇਸ ਚਾਰਟ ਦੀ ਹੈਲਪ ਨਾਲ ਸਮਝ ਲੈਂਦੇ ਹਾਂ। ਜਿਵੇਂ ਉਹ ਸਕੂਲ ਜਾ ਰਿਹਾ ਸੀ, ਠੀਕ ਹੈ ਜੀ, ਜੇ ਇੱਥੇ ਹੈ ਹੁੰਦਾ ਹੈ ਉਹ ਸਕੂਲ ਜਾ ਰਿਹਾ ਹੈ ਤਾਂ ਇਹ ਪ੍ਰੈਜੈਂਟ ਕੰਟੀਨਿਊਸ ਹੋ ਜਾਣਾ ਸੀ। ਹੁਣ ਇੱਥੇ ਸੀ ਲੱਗਿਆ ਹੋਇਆ, ਇਹ ਪਾਸਟ ਕੰਟੀਨਿਊਸ ਟੈਂਸ ਹੈਗਾ, ਇੱਥੋਂ ਆਪਾਂ ਨੂੰ ਪਤਾ ਲੱਗ ਗਿਆ, ਠੀਕ ਹੈ ਜੀ, ਇਹ ਇਹਦੀ ਪਹਿਚਾਣ ਹੈ। ਹੁਣ ਇਹਨੂੰ ਆਪਾਂ ਟਰਾਂਸਲੇਟ ਕਰ ਲੈਂਦੇ ਹਾਂ, ਹੀ ਸਬਜੈਕਟ ਹੈਗਾ, ਫਿਰ ਵਾਜ, ਹੀ ਵਾਜ, ਠੀਕ ਹੈ ਜੀ, ਸਬਜੈਕਟ ਦੇ ਨਾਲ ਬਾਜ ਜਾਂ ਵਰ ਲੱਗਦਾ, ਜੇ ਇੱਕ ਵਚਨ ਹੋਵੇ ਤਾਂ ਬਾਜ, ਜੇ ਬਹੁ ਵਚਨ ਹੋਵੇ ਤਾਂ ਵਰ, ਜੇ ਸਿੰਗੂਲਰ ਇੱਕ ਵਚਨ ਮਤਲਬ ਸਬਜੈਕਟ ਹੋਵੇ ਤਾਂ ਬਾਜ, ਜੇ ਪਲੂਰਲ ਹੋਵੇ ਤਾਂ ਵਰ, ਤੇ ਫਿਰ ਨਾਲ ਵਰਬ ਦੀ ਫਸਟ ਫੋਰਮ ਦੇ ਨਾਲ ਆਈ ਐਨ ਜੀ, ਤੇ ਫਿਰ ਸਬਜੈਕਟ ਓਬਜੈਕਟ, ਠੀਕ ਹੈ ਜੀ, ਇਸ ਤਰ੍ਹਾਂ। ਹੀ ਵਾਸ ਗੋਇੰਗ ਟੂ ਸਕੂਲ, ਉਹ ਸਕੂਲ ਜਾ ਰਿਹਾ ਸੀ, ਜੇ ਇਹਨੂੰ ਨੋਟ ਵਾਚ ਆਪਣਾ ਨੈਗੇਟਿਵ ਬਣਾਉਣਾ, ਨੋਟ ਲੱਗ ਜਾਏਗਾ ਇੱਥੇ, ਠੀਕ ਹੈ ਜੀ, ਇੱਥੇ ਨੋਟ ਲੱਗ ਜਾਏਗਾ, ਨੈਗੇਟਿਵ ਬਣਾਉਣਾ। ਜੇ ਇਹਨੂੰ ਆਪਾਂ ਨੇ ਇੰਟੈਰੋਗੇਟਿਵ ਬਣਾਉਣਾ, ਇਹ ਜਿਹੜਾ ਬੋਜ਼ ਵਾਰ ਹੈ ਇਹ ਹੀ ਤੋਂ ਅੱਗੇ ਆ ਜਾਏਗਾ ਇੱਥੇ, ਠੀਕ ਹੈ, ਹੀ ਇੱਧਰ ਰਹਿ ਜਾਏਗਾ, ਇਹਨੂੰ ਆਪਾਂ ਵਿੱਚੋਂ ਕੱਢ ਕੇ ਇੱਥੇ ਅੱਗੇ ਲਗਾ ਦਾਂਗੇ। ਜੇ ਇੰਟੈਰੋਗੇਟਿਵ ਵੀ ਹੈਗਾ, ਨੈਗੇਟਿਵ ਵੀ ਹੈਗਾ, ਤਾਂ ਫਿਰ ਇਹ ਜਿਹੜੇ ਡਬਲਯੂ ਐਚ ਫੈਮਿਲੀ ਮੈਂਬਰ ਨੇ, ਜੇ ਇਹਨਾਂ ਵਿੱਚੋਂ ਕੋਈ ਹੈਗਾ ਤਾਂ ਪਹਿਲਾਂ ਉਹ ਲਗਾਵਾਂਗੇ, ਫਿਰ ਇਹ ਵਾਜ਼ ਵਾਰ, ਜੇ ਇਹਨਾਂ 'ਚ ਕੋਈ ਹੈਗਾ ਇੱਕ ਵਚਨ ਨਾਲ, ਜਿੱਦਾਂ ਸਬਜੈਕਟ ਇੱਕ ਵਚਨ ਹੋਵੇ, ਸਿੰਗੂਲਰ ਹੋਵੇ ਤਾਂ ਵਾਜ਼, ਪਲੂਰਲ ਹੋਵੇ, ਬਹੁ ਵਚਨ ਹੋਵੇ ਤਾਂ ਵਾਰ, ਫਿਰ ਉਸ ਤੋਂ ਬਾਅਦ ਸਬਜੈਕਟ, ਫਿਰ ਨੋਟ, ਫਿਰ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ, ਫਿਰ ਓਬਜੈਕਟ, ਠੀਕ ਹੈ ਜੀ, ਇਸ ਤਰ੍ਹਾਂ ਇਹ ਹੈਗਾ ਪਾਸਟ ਕੰਟੀਨਿਊਸ ਟੈਂਸ। ਇੱਕ ਆਪਾਂ ਹੋਰ ਵਾਕ ਲਿਖ ਕੇ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਹਾਂ, ਕਨਫਿਊਜ਼ਨ ਦੂਰ ਹੋ ਜੂਗੀ। ਜਿਵੇਂ ਦੋਸਤੋ ਇਸ ਤਾਂ ਆਪਾਂ ਗੱਲ ਕਰ ਲਈ ਨਾ ਵਾਚਕ ਦੇ ਵਿੱਚ, ਤਾਂ ਸਿੱਧਾ ਹੀ ਆਪਾਂ ਬਾਜ਼ ਵਰ ਤੋਂ ਬਾਅਦ ਨਾਟ ਨੋਟ ਲਗਾ ਦਾਂਗੇ। ਜੇ ਉਹ ਇੰਟੈਰੋਗੇਟਿਵ ਹੈ ਤਾਂ ਇਹ ਬਾਜ਼ ਵਰ ਹੈ ਜਿਹੜਾ, ਉਹ ਇੱਥੇ ਸਟਾਰਟਿੰਗ ਦੇ ਵਿੱਚ ਲਗਾ ਦਾਂਗੇ ਆਪਾਂ, ਫਿਰ ਉਸ ਤੋਂ ਬਾਅਦ ਸਬਜੈਕਟ ਲਗਾਵਾਂਗੇ। ਜੇ ਉਹਦੇ ਨਾਲ ਇਹ ਹੈਗਾ ਕਿ ਉਹ ਕਿੱਥੇ ਸਕੂਲ ਜਾ ਰਿਹਾ ਸੀ, ਤਾਂ ਫਿਰ ਵੇਅਰ ਆਪਾਂ ਸਟਾਰਟਿੰਗ 'ਚ, ਵੇਅਰ ਆਪਾਂ ਜਿਹੜਾ ਸ਼ਬਦ ਹੈ ਵੇਅਰ ਮੀਨਸ ਕਿੱਥੇ, ਉਸ ਤੋਂ ਬਾਅਦ ਆਪਾਂ ਵਾਜ ਜਾਂ ਵਾਰ ਲਗਾਵਾਂਗੇ। ਬੋਸ ਤੁਹਾਨੂੰ ਪਤਾ ਹੀ ਹੈ, ਇੱਕ ਵਚਨ ਸਬਜੈਕਟ ਨਾਲ, ਵਾਰ ਬਹੁ ਵਚਨ ਸਬਜੈਕਟ ਨਾਲ, ਠੀਕ ਹੈ ਜੀ।
ਹੁਣ ਆਪਾਂ ਇੱਥੇ ਇਹ ਵਾਲਾ ਜਿਹੜਾ ਰੂਲ ਹੈਗਾ ਇਹ ਆਪਾਂ ਸਿੱਖ ਰਹੇਗੇ, ਜਿਵੇਂ ਉਹ ਕਿੱਥੇ ਸਕੂਲ, ਇਹ ਨੈਗੇਟਿਵ ਵੀ ਹੈਗਾ, ਨਹੀਂ ਜਾ ਰਿਹਾ ਸੀ, ਮਤਲਬ ਇਹ ਕੁਐਸਚਨ ਮਾਰਕ, ਕੁਐਸਚਨ ਮਾਰਕ ਲਗਾ ਤਾ ਆਪਾਂ, ਇੱਕ ਸਵਾਲ ਪੁੱਛਿਆ ਗਿਆ ਇਹਦੇ ਵਿੱਚ, ਪ੍ਰੈਸ਼ਰ ਪੁੱਛਿਆ ਗਿਆ ਕਿ ਕਿੱਥੇ ਨਹੀਂ ਜਾ ਰਿਹਾ ਸੀਗਾ ਸਕੂਲ। ਹੁਣ ਆਪਾਂ ਇਹਨੂੰ ਟਰਾਂਸਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਡਬਲਿਊ ਐਚ ਫੈਮਿਲੀ ਮੈਂਬਰ ਹੈਗਾ ਕਿੱਥੇ, ਆਪਾਂ ਨੇ ਇੱਥੇ ਵੇਅਰ, ਠੀਕ ਹੈ ਜੀ, ਵੇਅਰ ਲਿਖ ਲਿਆ। ਫਿਰ ਵਾਚ ਜਾਂ ਵਰ ਦੇ ਵਿੱਚੋਂ ਇੱਕ ਵਚਨ ਸਬਜੈਕਟ ਹੈ, ਸੀ ਵਾਚ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਵੀ ਹੋ ਗਿਆ, ਇਹ 'ਚੋਂ ਵਾਚ ਲੱਗ ਗਿਆ, ਵਰ ਤਾਂ ਲੱਗੇਗਾ ਜੇ ਬਹੁ ਵਚਨ ਸਬਜੈਕਟ ਹੋਏਗਾ, ਜਿਵੇਂ ਦੇ, ਵੀ, ਯੂ, ਇਸ ਤਰ੍ਹਾਂ, ਮਤਲਬ ਉਹ ਕਾਫੀ ਜਣੇ ਹੋਣ, ਜਾਂ ਅਸੀਂ, ਤੁਸੀਂ, ਇਸ ਤਰ੍ਹਾਂ ਦੇ ਵਰਡ ਜਿਵੇਂ ਆਉਣਗੇ। ਫਿਰ ਉਸ ਤੋਂ ਬਾਅਦ ਸਬਜੈਕਟ ਆਪਾਂ ਲਗਾ ਦਿੰਦੇ ਹਾਂ ਜੀ, ਹੀ ਇੱਕੋ ਜਣਾ, ਪੁਰਸ਼ ਆ ਜਿਹੜਾ। ਫਿਰ ਨੋਟ, ਠੀਕ ਹੈ ਜੀ। ਫਿਰ ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ, ਗੋਇੰਗ ਟੂ ਸਕੂਲ, ਓਬਜੈਕਟ ਪਿੱਛੇ ਲਗਾ ਤਾ ਆਪਾਂ ਨੇ, ਠੀਕ ਹੈ ਜੀ। ਇਹ ਵੀ ਲੱਗ ਗਿਆ। ਉਮੀਦ ਹੈ ਕਿ ਲਾਸਟ 'ਚ ਕੁਐਸਚਨ ਮਾਰਕ ਲਗਾਉਣਾ ਹੈਗਾ। ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀ ਸਮਝ ਆ ਗਿਆ ਹੋਏਗਾ। ਅਤੇ ਦੋਸਤੋ, ਜਿੱਦਾਂ ਮੈਥ ਦੇ ਵਿੱਚ ਆਪਾਂ ਹਿਸਾਬ ਦੇ ਵਿੱਚ, ਗਣਿਤ ਦੇ ਵਿੱਚ ਫਾਰਮੂਲੇ ਲਗਾਉਂਦੇ ਸੀ, ਉਸੇ ਤਰ੍ਹਾਂ ਤੁਸੀਂ ਇਹ ਫਾਰਮੂਲੇ ਨੂੰ ਸੈੱਟ ਕਰਨਾ, ਲਗਾਉਣਾ, ਅਪਲਾਈ ਕਰਨਾ। ਅਤੇ ਦੋਸਤੋ, ਇਹ ਹੁਣ ਅੱਗੇ ਜਿਹੜੀਆਂ ਕੁਝ ਐਗਜ਼ਾਮਪਲਸ ਹੈਗੀਆਂ ਨੇ, ਇਹ ਜਿਹੜਾ ਪਾਸਟ ਕੰਟੀਨਿਊਸ ਟੈਂਸ ਹੈਗਾ, ਜਿਵੇਂ ਆਪਾਂ ਗੱਲ ਕੀਤੀ ਹੈ, ਅਤੇ ਇੱਕ ਵਚਨ ਦੇ ਨਾਲ ਵਾਜ, ਵਰਬ ਦੀ ਪਹਿਲੀ ਫੋਰਮ ਨਾਲ ਆਈ ਐਨ ਜੀ, ਠੀਕ ਹੈ ਜੀ। ਉਸੇ ਤਰ੍ਹਾਂ ਅੱਗੇ ਸਬਜੈਕਟ, ਪਿੱਛੇ ਓਬਜੈਕਟ, ਜਿਹੜਾ ਤੁਸੀਂ ਰੂਲ ਫੋਲੋ ਕੀਤਾ, ਉੱਪਰ ਦੇਖਿਆ, ਪੜ੍ਹਿਆ, ਸਾਰਾ ਉਹੀ ਫੋਲੋ ਕੀਤਾ ਗਿਆ ਇਹਨਾਂ ਸੈਂਟੈਂਸਿਸ ਦੇ ਵਿੱਚ। ਇੱਕ ਵਚਨ ਨਾਲ ਵਾਜ, ਬਹੁ ਵਚਨ ਨਾਲ ਵਾਰ, ਇਹ ਦੇ ਹੈ ਜਿਹੜਾ ਬਹੁ ਵਚਨ ਹੈਗਾ। ਇਹ ਤਾਂ ਆਪਾਂ ਨੂੰ ਪੱਕਾ ਕਲੀਅਰ ਹੋ ਗਿਆ ਕਿ ਕੰਟੀਨਿਊਸ ਕੋਈ ਵੀ ਹੋਵੇ, ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ ਲੱਗਦਾ ਹੈ। ਵੀ ਮੀਨਸ ਅਸੀਂ, ਇਹਦੇ ਨਾਲ ਵਾਰ ਲੱਗੂਗਾ, ਠੀਕ ਹੈ ਜੀ, ਬਹੁ ਵਚਨ ਹੈਗਾ। ਅਤੇ ਹੀ ਹੈਗਾ ਉਹ ਇੱਕ ਵਚਨ, ਵਾਜ ਆਈ, ਇੱਕ ਵਚਨ ਵਾਜ, ਇਸੇ ਤਰ੍ਹਾਂ, ਠੀਕ ਹੈ ਜੀ। ਉਮੀਦ ਹੈ ਯਾਰ ਦੋਸਤ ਮਿੱਤਰ, ਜਿਉਂ ਜਿਉਂ ਪ੍ਰੈਕਟਿਸ ਕਰਨਗੇ ਇਹ ਵੀ ਉਹਨਾਂ ਨੂੰ ਸਮਝ ਆ ਜਾਏਗਾ। ਅਤੇ ਜੇ ਨੋਟ ਨੈਗੇਟਿਵ ਹੋਵੇ ਤਾਂ ਨੋਟ ਲੱਗ ਜਾਏਗਾ ਇੱਥੇ, ਜਿਹੜੇ ਇਹ ਵਾਜ ਵਰ ਲੱਗੇ ਨੇ ਉਹਨਾਂ ਤੋਂ ਬਾਅਦ ਦੇ ਵਿੱਚ। ਜੇ ਇੰਟੈਰੋਗੇਟਿਵ ਹੋਵੇ ਤਾਂ ਇਹ ਵਾਜ ਵਰ ਨੇ ਜਿਹੜੇ ਉਹ ਅੱਗੇ ਆ ਜਾਣਗੇ। ਜੇ ਡਬਲਿਊ ਫੈਮਿਲੀ, ਡਬਲਿਊ ਐਚ ਫੈਮਿਲੀ ਮੈਂਬਰ ਕੋਈ ਹੈਗਾ, ਵੇਅਰ, ਵੈਨ, ਕਦੋਂ, ਕਿੱਥੇ, ਕਿਵੇਂ ਵਾਲਾ, ਤਾਂ ਉਹ ਵਾਜ ਵਰ ਤੋਂ ਵੀ ਅੱਗੇ ਲੱਗੇਗਾ, ਠੀਕ ਹੈ ਜੀ। ਕੁਝ ਇਹ ਐਗਜ਼ਾਮਪਲਸ ਹੋਰ ਹੈਗੀਆਂ ਨੇ ਦੋਸਤੋ ਪਾਸਟ ਕੰਟੀਨਿਊਸ ਦੀਆਂ, ਇੱਥੇ ਤੁਸੀਂ ਦੇਖ ਲਓ। ਆਈ ਵਾਜ ਰੀਡਿੰਗ ਅ ਨੋਵਲ, ਆਈ ਦੇ ਨਾਲ ਵਾਜ, ਮੈਂ ਇੱਕ ਨੋਵਲ ਪੜ੍ਹ ਰਿਹਾ ਸੀ, ਅਸੀਂ ਬਾਸਕਟਬਾਲ ਖੇਡ ਰਹੇ ਸੀ, ਠੀਕ ਹੈ ਜੀ। ਅਤੇ ਹੀ ਵਾਜ ਫਾਈਟਿੰਗ ਵਿਦ ਹਿਸ ਫਰੈਂਡ, ਜੋ ਆਪਣੇ ਦੋਸਤਾਂ ਨਾਲ ਲੜ ਰਿਹਾ ਸੀ, ਠੀਕ ਹੈ ਜੀ। ਜਿੱਥੇ ਇੱਕ ਵਚਨ ਹੈ ਉੱਥੇ ਵਾਜ, ਜਿੱਥੇ ਬਹੁ ਵਚਨ ਹੈ ਉੱਥੇ ਵਰ, ਵਰਬ ਦੀ ਪਹਿਲੀ ਫਾਰਮ ਨਾਲ ਆਈ ਐਨ ਜੀ। ਇੰਨਾ ਧਿਆਨ ਰੱਖਿਓ ਦੋਸਤੋ, ਇਹ ਹੋ ਗਿਆ ਪਾਸਟ ਕੰਟੀਨਿਊਸ ਟੈਂਸ।